ਤੈਨੂੰ ਕੀ ਦੇਖਦਾ? ਮੈਂ ਕੁਛ ਨਹੀਂ, ਮੈਂ ਕੀ ਦੇਖਣਾ? ਗੱਡੀ ਕੱਢ, ਮੈਨੂੰ ਸਬਜ਼ੀ ਦਵਾ ਕੇ ਲਿਆ। ਤੇਰੇ ਇੰਨੇ ਲਾਂਬੇ ਆਉਣ ਲੱਗ ਗਏ ਲੋਕਾਂ ਦੇ, ਕੰਜਰਾ ਤੈਨੂੰ ਫੋਨ ਕੁੜੀਆਂ ਦੇ ਇੰਨੇ ਆਉਂਦੇ ਨੇ, ਕਾਲੀ ਗਲੀ ਤੇ ਬਿਠਾ ਕੇ ਨਾ ਛਿੱਤਰਾਂ ਦੀ ਮਾਲਾ ਪਾ ਕੇ ਤੇਰੇ ਸਾਰੇ ਪਿੰਡ ਦੇ ਉੱਤੇ ਜੀ ਗੇੜਾ ਦੇਣਗੇ ਮੂੰਹ ਕਾਲਾ ਕਰਕੇ। ਮੈਨੂੰ ਕਿਹੜੀ ਕੁੜੀ ਦਾ ਫੋਨ ਫੋਨ ਮਾਰੀ ਜਾਂਦੀਆਂ ਔਰ ਕੁੜੀਆਂ ਦੇ ਫੋਨ ਮੈਨੂੰ? ਬਿੰਦ ਕਮਾਰਾ ਤਾਂ ਤੈਨੂੰ ਫੋਨ ਆਉਂਦਾ, ਕੰਧਾਂ ਕੋਲ ਤੂੰ ਟੱਪਦਾ ਫਿਰਦਾ, ਬੰਦਿਆਂ ਵਾਂਗੂ ਤੁਰ ਪਾ ਸਿੱਧਾ ਹੋ ਕੇ। ਖਬਰਦਾਰ ਜੀ, ਅੱਜ ਤਾਂ ਤੈਨੂੰ ਫੋਨ ਆ ਗਿਆ ਕਿਸੇ ਦਾ, ਜਾਂ ਮੈਂ ਨਹੀਂ ਜਾਂ ਤੈਨੂੰ ਨਹੀਂ ਛੱਡਦੀ। ਚੱਲ ਸਬਜ਼ੀ ਲਿਆਉਂਦਾ ਤੂੰ, ਸਬਜ਼ੀ ਲਿਆਉਂਦਾ ਤੂੰ, ਨੇ ਕੁਝ ਫੋਨ ਲਿਆਉਣਾ ਤੂੰ। ਬੇ ਤੁਰ ਪਾ ਹੁਣ, ਤੈਂ ਕੀ ਪੂਜਾ ਕਰਨੀ ਆ? ਹੈਲੋ, ਹਾਈ ਸੈਮੀ, ਹਾਊ ਆਰ ਯੂ ਡਾਰਲਿੰਗ? ਹੈਲੋ, ਪਤਾ ਨਹੀਂ ਖਰਾਬੀ ਆ ਗਈ ਕੋਈ। ਕਿਹੜੀ ਕੰਜਰੀ ਦਾ ਫੋਨ ਤੇ ਵੇ, ਮੈਂ ਦੱਸ ਹੁਣ ਤੂੰ ਮੇਰੇ ਨਾਲ ਚਤਰਾ ਇਆਂ ਕਰਦਾ। ਮੰਮੀ, ਕਿਸੇ ਕੰਜਰੀ ਦਾ ਫੋਨ ਨਹੀਂ ਸੀ, ਤੈਨੂੰ ਹੋਰ ਹੀ ਕੋਈ ਸੁਣੀ ਜਾਂਦਾ। ਇਹ ਤਾਂ ਮੈਨੂੰ ਦਾ ਕੰਪਿਊਟਰ ਸੀਗਾ। ਹੈਗਾ ਤੇ ਕੰਪਿਊਟਰ? ਮੈਂ ਕਮਲੀ ਆ। ਹਾਂ, ਇਹ ਤਾਂ ਨਵੀਂ ਟੈਕਨੋਲੋਜੀ ਸ਼ੁਰੂ ਹੋਈ ਆ, GPS, ਉਹ ਹੁੰਦਾ ਨੀ ਨੈਵੀਗੇਟਰ, ਰਾਹ ਦੱਸਣ ਵਾਲਾ। ਇਹਨਾਂ ਨੂੰ ਹੁਣ ਪਤਾ ਲੱਗ ਜਾਂਦਾ ਵੀ ਬੰਦਾ ਕਦੋਂ ਗੱਡੀ 'ਚ ਬਹਿ ਗਿਆ। ਇਹ ਬਾਹਰਲੀ ਕੰਟਰੀ 'ਚ ਆਈ ਹੈ ਨਵੀਂ। ਲੈ ਹੁਣ ਮੈਂ ਪੁੱਤ ਫੋਨ ਲਾਉਂਦੀ ਹਾਂ ਉਹਨੂੰ, ਮੈਂ ਪੁੱਛਦੀ ਹਾਂ ਰਾਹ ਉੱਤੇ ਵੀ ਕਿਹੜਾ ਰਾਹ ਜਾਂਦਾ। ਹੈਲੋ 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 ਨੈਨਾ, ਜਸਟ ਪਟੈਂਡ ਯੂਅਰ GPS, ਮਾਈ ਮਮ ਇਜ਼ ਵਿਦ ਮੀ ਐਂਡ ਆਈ ਟੋਲਡ ਹਰ ਯੂਅਰ GPS ਨੈਵੀਗੇਸ਼ਨ। ਅਖੈ ਪੰਜਾਬੀ ਚ ਗੱਲ ਕਰ ਲੈ। ਨਹੀਂ ਮੰਮੀ, ਮੈਨੂੰ ਦੱਸਣਾ ਪੈਂਦਾ ਨਾ ਕੰਪਿਊਟਰ ਨੂੰ ਬਈ ਮੇਰੀ ਮੰਮੀ ਨਾਲ ਆ, ਵੀ ਉਹਨੂੰ ਸਮਝਾਵੇ ਰਾਹ। ਹਾਂ ਦੱਸਣਾ ਪੈਂਦਾ, ਮੇਰਾ ਚਲਾਕੀ ਨਾ ਕਰ, ਪੰਜਾਬੀ ਚ ਬੋਲ ਕੇ ਦੱਸ। ਪੁੱਛ ਪੁੱਛ। ਹਾਂ ਕੁੜੇ, ਦੱਸ ਮੈਨੂੰ, ਮੈਂ ਸਬਜ਼ੀ ਮੰਡੀ ਜਾਣਾ, ਮੈਨੂੰ ਰਾਹ ਦੱਸ। ਸਤਿ ਸ਼੍ਰੀ ਅਕਾਲ ਆਂਟੀ ਜੀ। ਸਤਿ ਸ਼੍ਰੀ ਅਕਾਲ। GPS ਮੈਂ ਤੁਹਾਡੀ ਰਸਤਾ ਲੱਭਣ ਦੇ ਵਿੱਚ ਮਦਦ ਕਰਾਂਗੀ। ਇਹੀ ਪੁੱਛਦੇ ਆ ਵੀ ਮੈਂ ਸਬਜ਼ੀ ਲੈਣ ਜਾਂਦੀ ਹਾਂ, ਮੈਨੂੰ ਰਾਹ ਦੱਸ ਦੇ, ਇੱਥੋਂ ਕਿੱਡੀ ਕੁ ਦੂਰ ਹੈ, ਕਿੱਧਰ ਨੂੰ ਜਾਵਾਂ ਮੈਂ? ਹਾਂਜੀ, ਬਸ ਸਿੱਧਾ ਦੇਖੋ ਆਂਟੀ, ਸਿੱਧਾ ਤੁਹਾਨੂੰ ਸੜਕ ਨਜ਼ਰ ਆ ਰਹੀ ਹੈ? ਸਿੱਧਾ ਤਾਂ ਮੈਂ ਦੇਖੀ ਜਾਂਦੀ ਹਾਂ। ਬਿਲਕੁਲ ਬਿਲਕੁਲ ਸਹੀ ਪਕੜਿਆ ਤੁਸੀਂ ਆਂਟੀ, ਬਸ 100 ਮੀਟਰ ਜਾਣਾ, ਔਰ 100 ਮੀਟਰ ਤੇ ਤੁਹਾਨੂੰ ਕਿਆ ਦਿਖ ਰਿਹਾ ਮੈਨੂੰ ਦੱਸਣਾ? 100 ਮੀਟਰ ਤੇ ਤਾਂ ਸ਼ਰਾਬ ਦਾ ਠੇਕਾ, ਉਧਰ ਨੂੰ ਜਿੱਧਰ ਨੂੰ ਤੈਂ ਦੱਸਿਆ ਮੈਨੂੰ। ਨਹੀਂ ਨਹੀਂ ਨਹੀਂ, ਸ਼ਰਾਬ ਦੇ ਠੇਕੇ 'ਚ ਬਿਲਕੁਲ ਨਹੀਂ ਜਾਣਾ, ਮੈਂ ਬਸ ਤੁਹਾਨੂੰ ਇਹੀ ਕਹਿ ਰਹੀ ਹਾਂ। ਤੁਸੀਂ ਗਲਤ ਸੁਣਿਆ, ਖੱਬੇ ਨਹੀਂ ਕਿਹਾ, ਮੈਂ ਸੱਜੇ ਕਿਹਾ। ਸੱਜੇ ਸੱਜੇ ਦੇਖੋ, ਸੱਜੇ ਕਿਆ ਦਿਖ ਰਿਹਾ ਤੁਹਾਨੂੰ? ਇੱਕ ਗਲੀ ਹੋਣੀ ਹੈ ਹਨਾ? ਨਹੀਂ, ਸੱਜੇ ਪਾਸੇ ਤਾਂ ਕੁੜੇ ਇੱਕ ਖੜਾ ਵਾ, ਸ਼ਰਾਬੀ ਮੂਤ ਕਰਨ ਲੱਗਿਆ ਹੋਇਆ, ਮੈਂ ਉਹ ਕੰਜਰ ਨੂੰ ਦੇਖਾ? ਨਹੀਂ 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 ਨਹੀਂ, ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਆਂਟੀ, ਬਸ ਤੁਸੀਂ ਸਿੱਧਾ ਦੇਖੋ, 100 ਮੀਟਰ ਨਹੀਂ, ਤੁਸੀਂ ਗਲਤ ਸੁਣਿਆ, 150 ਮੀਟਰ, ਬਸ ਸਿੱਧਾ ਅੱਗੇ ਜਾਓ, ਉੱਥੇ ਇੱਕ ਗਲੀ ਮੁੜਦੀ ਹੈ, ਬਸ ਮੁੜਦਿਆਂ ਸਾਰੀ ਇੱਕ ਸੱਜੇ ਮੁੜਨਾ ਹੈ, ਫਿਰ 50 ਮੀਟਰ ਜਾ ਕੇ ਫਿਰ ਖੱਬੇ ਮੁੜਨਾ, ਉੱਥੇ ਮੈਨੂੰ ਦੱਸਣਾ ਤੁਹਾਨੂੰ ਕਿਆ ਦਿਖਦਾ ਪਿਆ। ਮੈਨੂੰ ਤਾਂ ਕੁਛ ਨਹੀਂ ਦਿੰਦਾ, ਮੈਨੂੰ ਤਾਂ ਤੇਰੇ ਵਰਗੀਆਂ ਭੂਤਨੀਆਂ ਦਿੰਦੀਆਂ ਨੇ। ਇਹ ਕੰਜਰਾ ਦੱਸ ਦੇ ਕੌਣ ਆ? ਮੰਮੀ, ਉਹੀ GPS, ਤੈਨੂੰ ਰਾਹ ਨਹੀਂ ਪੁੱਛਣਾ ਰਿਹਾ, ਹੁਣ ਕਹਿੰਦੀ ਉੱਥੋਂ ਤੁਸੀਂ ਸੱਜੇ ਮੁੜੋ, ਇਹ ਤਾਂ ਕਹਿ ਰਹੀ ਹੈ। ਤਾਂ ਤੁਸੀਂ ਕਦੇ GPS ਵਰਤਿਆ ਨਹੀਂ ਨਾ ਹੈਗਾ, ਤੈਨੂੰ ਤਾਂ ਭੁਲੇਖਾ ਪੈ ਰਿਹਾ। ਆਹ ਦੇਖ, ਆਹ ਮੋੜ ਨਹੀਂ ਆਇਆ, ਆਹੀ ਤਾਂ ਵਿਚਾਰੀ ਕਹਿ ਰਹੀ ਆ। ਹਾਂ ਕਹਿੰਦੀ ਆ, ਹਾਂ ਇੱਥੇ ਕੀ ਦੇਖਾਂ ਮੈਂ, ਇੱਥੇ ਤਾਂ ਜੰਗਲ ਆ ਗਿਆ, ਦਰਖਤ ਆ ਗਏ, ਹੁਣ ਤਾਂ ਤੂੰ ਦੱਸ ਰਹੇ ਮੈਨੂੰ, ਉਧਰੋਂ ਇੱਧਰ ਵੀ ਮੁੜ ਗਏ, ਖੱਬੇ ਛੱਜੇ ਵੀ ਮੁੜ ਗਏ, ਹੁਣ ਕਿੱਧਰ ਨੂੰ ਮੁੜਾਂ? ਤੁਸੀਂ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਹੋ, ਬਸ ਕੀਪ ਗੋਇੰਗ, ਰੁਕੋ ਨਾ। ਕਿੱਥੇ ਰੁਕਾਂ? ਨਹੀਂ ਕਹਿੰਦੀ ਰੁਕੋ ਨਾ, ਵੀ ਮਤਲਬ ਜਾਈ ਜਾਓ ਜਾਈ ਜਾਓ, ਬਸ ਮੰਮੀ ਹੁਣ ਆਪਾਂ ਨੂੰ ਲੋੜ ਨਹੀਂ ਬਾਹਲੀ ਮੈਨੂੰ ਲੱਗਦਾ GPS ਦੀ, ਆਪਾਂ ਪਹੁੰਚ ਜਾਵਾਂਗੇ। ਸ਼ਿਟ ਸੈਮੀ, ਡੈਡੀ ਆ ਗਏ, ਓਕੇ ਬਾਏ 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 ਬੇ, ਮੈਨੂੰ ਤੂੰ ਚਾਰਦਾ? ਹਾਂ, ਉਹ ਤਾਂ ਕਹਿੰਦੀ ਡੈਡੀ ਆ ਗਿਆ, ਬਾਏ ਬਾਏ, ਉਹ ਕਿਵੇਂ ਕਹਿ ਦੂਗੀ? ਰਾਹ ਦੱਸਣ ਵਾਲੀ ਕਿਵੇਂ ਕਹਿ ਦੂਗੀ ਵੀ ਡੈਡੀ ਆ ਗਿਆ? ਮੰਮੀ ਹੁਣ ਮੈਂ ਵੀ ਕੰਮ ਕਰਦਾ ਬਾਹਰ, ਸਾਡੀ ਸ਼ਿਫਟ ਚੇਂਜ ਹੁੰਦੀ ਆ, ਉਹਦੀ ਸ਼ਿਫਟ ਚੇਂਜ ਹੋ ਗਈ, ਹੁਣ ਕੋਈ ਹੋਰ ਕੰਮ ਕਰ ਲਾ ਗਾ, ਹੁਣ ਉਹ ਰਾਹ ਦੱਸੂਗਾ, ਰੱਬ ਨੂੰ ਲੋੜ ਹੀ ਰਾਹ ਹੋਰ ਪੁੱਛਣ ਦੀ, ਕਿਉਂਕਿ ਆਪਾਂ ਦਾ ਰਾਹ ਦੱਸ ਹੀ ਤਾਂ ਸਾਰਾ ਉਹਨੇ। ਬੌਸ ਨੂੰ ਆ ਡੈਡੀ ਕਹੋ, ਮੈਨੂੰ ਪਤਾ ਨਹੀਂ ਵੀ ਤੁਸੀਂ ਕਹਿੰਦੇ ਸਾਡਾ ਬੌਸ ਆ ਗਿਆ। ਮੰਮੀ ਬੌਸ ਪਿਤਾ ਸਮਾਨ ਹੁੰਦੇ ਨੇ, ਬਾਪ ਸਮਾਨ ਹੁੰਦੇ ਨੇ, ਹੁੰਦੇ ਨੇ, ਡੈਡੀ ਕਹਿਣਾ ਪੈਂਦਾ, ਤਾਂ ਕਰਕੇ ਕਹਿੰਦੇ ਨੇ ਡੈਡੀ। ਇੱਥੇ ਤੂੰ ਆ ਗਈ, ਆ ਗਈ ਸਬਜ਼ੀ ਮੰਡੀ, ਐਵੇਂ ਤੂੰ ਮੇਰੇ ਤੇ ਦੋਸ਼ ਲਾਈ ਜਾਂਦੀ ਨਹੀਂ ਆ। GPS ਹੁੰਦੇ ਨੇ, GPS ਮਿੰਟੋ ਮਿੰਟ ਲੈ ਪਹੁੰਚਾਤਾ ਸਬਜ਼ੀ ਮੰਡੀ 'ਚ, ਹੱਦ ਹੋ ਗਈ, ਲੈ ਪਹੁੰਚ ਗਏ, ਹੁਣ ਜਿੰਨੀ ਮਰਜ਼ੀ ਸਬਜ਼ੀ ਲਈ ਜਾਈ। ਕੋਈ ਨਾ, ਮੈਂ ਹੁਣ ਨਾ ਆ ਫੋਨ ਨਾਲ ਆਪਣੇ ਰੱਖੂ, ਸਾਨੂੰ ਨਹੀਂ ਕਿਸੇ GPS ਦੀ ਕਿਸੇ ਦੀ ਲੋੜ, ਸਿੱਧਾ ਰਾਹ ਆਪੇ ਜਾਇਆ ਕਰਾਂਗੇ, ਆਪੇ ਆਇਆ ਕਰਾਂਗੇ। ਸਾਨੂੰ ਲੋੜ ਵੀ ਕੀ ਆ,
ਅਸੀਂ ਕਰਨਾ ਵੀ ਕੀ ਹੈ ਜੀਪੀਐਸ ਤੋਂ ਗਲਤ ਰਾਹ ਗਲਤ ਰਾਹ ਤਾਂ ਮੈਂ ਠੀਕ ਰਾਹ ਦਾ ਦੱਸ ਨੂੰ ਤੈਨੂੰ ਮੈਂ ਪਤਾ।